ਤਾਂ ਜਨਾਬ ਰੇਤ ਇਸ ਵਕਤ ਰੇਤ ਦਾ ਮਨਾਜ਼ਰ ਜਾਰੀ ਹੈ ਕਿ ਰੇਤ ਵਿੱਚੋਂ ਨਿਕਲਦੀ ਪਈ ਹੈ ਜਨਾਬ ਤੁਹਾਡੇ ਸਾਹਮਣੇ। ਅਤੇ ਜਨਾਬ ਨਾ ਬੜੀ ਮਿਹਨਤ ਹੈ ਜੀ, ਇਹ ਮਜ਼ਦੂਰ ਨੇ ਸਾਡੇ ਇਲਾਕੇ ਦੇ ਮਾਨੇ ਤੰਨੇ, ਅਤੇ ਇਹ ਨਲਕਿਆਂ ਦਾ ਬੋਰ ਅਰਸਾ ਦਰਾਜ ਤੋਂ ਕਰਦੇ ਨੇ ਪਿੰਡਾਂ ਦੇ ਵਿੱਚ ਫਿਰ ਫੁਰ ਕੇ। ਅਤੇ ਅੱਜ ਇਹਨਾਂ ਨੂੰ ਅੱਲਾਹ ਦਾ ਸ਼ੁਕਰ ਕਿ ਪਿੰਡ 'ਚ ਨਹੀਂ ਫਿਰਨਾ ਪਿਆ, ਨਹਿਰ 'ਚ ਫਿਰਨਾ ਪਿਆ ਹੈ। ਅਤੇ ਨਹਿਰ ਦਾ ਜਨਾਬ ਤੁਹਾਡੇ ਸਾਹਮਣੇ ਨਹਿਰ ਦੇ ਉੱਤੇ ਬੋਰ ਲਾਉਂਦੇ ਪੈਣ, ਅਤੇ ਤੁਹਾਡਾ ਕੀ ਖਿਆਲ ਹੈ, ਪਾਣੀ ਮਿੱਠਾ ਨਿਕਲੇਗਾ ਕਿ ਫਿੱਕਾ ਨਿਕਲੇਗਾ? ਅਤੇ ਮੇਰਾ ਇਹੋ ਹੀ ਜੇਨ ਜਨਾਬ ਉਖੜ ਗਿਆ, ਇਹੋ ਜੇਨ ਹੈ ਕਿ ਪਾਣੀ ਮਿੱਠਾ ਨਿਕਲਣਾ ਚਾਹੀਦਾ ਹੈ। ਅਤੇ ਲਓ ਜਨਾਬ ਰੇਤ ਆ ਗਈ ਬਾਹਰ, ਇੱਥੇ ਪਲਟੋ ਹਾਂ ਉਸਤਾਦ ਜੀ। ਇਹ ਕਿਆ ਹੈ ਜਨਾਬ, ਰੇਤ ਨਿਕਲਾ ਜੀ, ਕਸੂ ਮਸੂ ਜਿਹਾ ਚੈੱਕ ਕਰ ਸਕਦੇ ਜੀ? ਹਾਂਜੀ, ਇਹ ਕਿਆ ਹੈ, ਇਹ ਕਿਆ ਹੋ ਰਿਹਾ ਹੈ ਜਨਾਬ? ਵੀਡੀਓ ਬਣਾਉਂਦਾ ਲੱਖਰ ਭਾਅ ਜੀ, ਮੇਰੇ ਕੋਲ ਐਡਾ ਫਜ਼ੂਲ ਟਾਈਮ ਨਹੀਂ ਹੈਗਾ ਤੁਹਾਡੀ ਲੋਕਲ ਬੰਦਿਆਂ ਦੀ ਵੀਡੀਓ ਬਣਾ, ਮਿਹਰਬਾਨੀ ਗਿਣੋ ਮੇਰੀ। ਨਾਮਵਾਰ ਆਦਮੀ ਆ ਖਲਾ ਤੁਹਾਡੇ ਸਾਹਮਣੇ ਜਨਾਬ, ਆਹ ਬੰਦਾ ਕਿਹੜਾ ਤੁਹਾਡੇ ਸਾਹਮਣੇ ਨਲਕਾ ਦਾ ਬੋਰ ਕਰਦਾ ਪਿਆ। ਇੱਕ ਵਾਰੀ ਹੱਸਿਆ ਸਾਡੇ ਪਿੰਡ ਦੇ ਨੂੰ, ਜੁਰਮਾਨਾ ਹੋ ਗਿਆ, ਉਦੋਂ ਬਾਅਦ ਇਹਨੇ ਉਹਦਾ ਮੂੰਹ ਹੀ ਨਹੀਂ ਕੀਤਾ। ਆਹ ਸਭ ਬੰਦੇ ਨੂੰ ਆ ਹੀ ਜਾਂਦਾ। ਇੱਕ ਵਾਰੀ ਤਾਂ ਇਵੇਂ ਹੋ ਗਿਆ ਜਨਾਬ, ਇਹ ਹੱਸਦਾ ਪਿਆ ਸੀ ਦੇ ਕੇ, ਵੇਖੋ ਇਹ ਹੱਸਦਾ ਪਿਆ ਅਤੇ ਹੱਸਿਆ ਇੱਕੋ ਵਾਰੀ, ਅਤੇ ਅੱਧਾ ਪਿੰਡ ਸਾਡਾ ਰੋਣ ਲਾ ਪਿਆ। ਬੰਦਾ ਭੱਜਿਆ, ਫਿਰ ਉਹਨੇ ਚੁੱਪ ਕਰਵਾਇਆ, ਉਹਨੇ ਭਾਅ ਜੀ ਮਿਹਰਬਾਨੀ ਕਰੋ, ਤੁਸੀਂ ਗਮ ਦਾ ਸਿਲਸਿਲਾ ਲੈ ਆਉਂਦਾ ਹੈ ਨਾ ਵੀ ਤਾਂ ਦੱਸ ਕਾਲੇ ਖਾਂ, ਇਹਨਾਂ ਨਾਲ ਕਾਲੇ ਖਾਂ ਜੋਰੇ ਖਾਂ ਦਾ ਭਰਾ। ਹਾਂਜੀ, ਲਓ ਜਨਾਬ ਰੇਤ ਆ ਗਈ, ਇਹ ਤਾਂ ਬੜੀ ਕਾਮਯਾਬੀ ਹੋ ਗਈ ਕਿ ਹੁਣ ਅਸੀਂ ਤੁਹਾਨੂੰ ਨਲ ਯਾਰ ਮਠਿਆਈ ਤੁਹਾਨੂੰ ਖਵਾ ਕੇ ਕੱਲਾਂ ਦੇ, ਤੁਸੀਂ ਤਾਂ ਹਲਕ ਛੱਡਿਆ। ਠੀਕ ਬਣ ਗਈ, ਬਣ ਗਈ। ਹਾਂ।